ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਲੰਘੀ 1 ਦਸੰਬਰ ਨੂੰ ਸ਼ੁਰੂ ਕੀਤੀ ਗਈ ਇਹ ਮੁਹਿੰਮ ਤਹਿਤ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੇ ਨਾਲ ਨਾਲ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਆਦਿ ਥਾਵਾਂ 'ਤੇ ਵੀ ਲੋਕਾਂ ਦੇ ਵੱਲੋਂ ਪਰਫਾਰਮੇ ਭਰ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਦੇ ਅੰਦਰ ਵੀ ਇਸ ਮੁਹਿੰਮ ਦੇ ਨਾਲ ਸੰਗਤਾਂ ਜੁੜ ਰਹੀਆਂ ਨੇ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਦਸਤਖਤੀ ਮੁਹਿੰਮ ਪ੍ਰਤੀ ਸੰਗਤਾਂ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ। ਕਰ ਲਾ ਫੋਟੋ, ਕਰ ਲਾ ਇੱਕ ਅਰਜੀ ਦੱਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਇੱਕ ਉਪਰਾਲਾ ਪ੍ਰਧਾਨ ਜੀ ਵੱਲੋਂ ਕੀਤਾ ਗਿਆ ਵਾ, ਦਸਤਾਂ ਦੀ ਮੁਹਿੰਮ, ਉਹ ਅਸੀਂ ਉਹਨਾਂ ਦੇ ਸੰਬੰਧ 'ਚ ਜਿਹੜੇ ਪਰਫਾਰਮੇ ਆ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਭਰਵਾ ਰਹੇ ਹਾਂ, ਅਤੇ ਸੰਗਤਾਂ 'ਚ ਪੂਰਾ ਜੋਸ਼ ਹੈ ਪਰਫਾਰਮੇ ਭਰਨ ਦਾ। ਵੀ ਦਸਤਖਤ ਕਰਕੇ ਲੋਕ ਇਹੋ ਗੱਲ ਆਖਦੇ ਨੇ ਵੀ ਸੰਗਤ ਸਾਰੀ ਇਹੋ ਗੱਲ ਆਖ ਰਹੀ ਹੈ ਬਈ ਜਿਹੜਾ ਬੰਦੀ ਸਿੰਘ ਰਿਹਾਈ ਹੈ ਜਿਹੜੀ ਇਹ ਛੇਤੀ ਤੋਂ ਛੇਤੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ, ਇਹਦੇ ਵਿੱਚ ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ। ਸਰਕਾਰਾਂ ਜਿਹੜੀਆਂ ਅਸੀਂ ਤਾਂ ਇਹ ਸਮਝਦੇ ਹਾਂ ਵੀ ਇਹ ਜਾਣ ਬੁੱਝ ਕੇ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਨੇ, ਜਿਹੜੇ ਦੂਜੇ ਵੀ ਹੋਰ ਵੀ ਜਿਵੇਂ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਦੂਸਰੇ ਤੀਸਰੇ ਉਹ ਸਾਰੇ ਛੱਡ ਦਿੱਤੇ ਗਏ ਨੇ, ਅਤੇ ਬੰਦੀ ਸਿੰਘਾਂ ਦੀ ਰਿਹਾਈ ਪਤਾ ਨਹੀਂ ਕਿਉਂ ਨਹੀਂ ਕੀਤੀ ਜਾ ਰਹੀ, ਸਰਕਾਰ ਵੱਲੋਂ ਕਿਉਂ ਦੇਰੀ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਮਤਲਬ ਕਿ ਨਿੰਦਣਯੋਗ ਗੱਲ ਹੈ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੀ ਰਿਹਾਈ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ, ਨਵੇਂ ਸ਼ਹਿਰ ਤੋਂ ਆਏ ਹਾਂ ਅਸੀਂ। ਕੀ ਕਹਿਣਾ ਚਾਹੁੰਦੇ? ਅਤੇ ਸਾਨੂੰ ਸਾਡੇ ਕੌਮ ਦੇ ਹੀਰੇ ਆ ਜੀ, ਇਹ ਤਾਂ ਚਾਹੀਦੇ ਸਾਨੂੰ ਬਾਹਰ, ਇਹਨਾਂ ਤੋਂ ਬਗੈਰ ਤਾਂ ਸਾਡੀ ਵਸ ਵਾ ਬਾਹਰ ਅੱਜ ਕੱਲ੍ਹ ਦੇ ਜਿਹੜੇ। ਹਾਂਜੀ, ਜਿਹੜੀ ਮੁਹਿੰਮ ਚਾਲੂ ਕੀਤੀ ਅੱਜ ਪਿੱਛੇ ਨੇ ਸਿਗਨੇਚਰ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਕੰਮ ਆ ਜੀ ਇਹਦਾ, ਅਤੇ ਜਿੰਨੇ ਲੋਕ ਜੁੜਨਗੇ ਵਧੀਆ ਗੱਲ ਵਾ, ਅਤੇ ਜਿੰਨੇ ਵੀ ਸੈਨਕਾਰ ਆ ਚਲੋ ਆਪਣੇ ਸਾਰੇ ਭਰਾ ਆ, ਅਤੇ ਚਾਹੀਦੀ ਆ ਰਿਹਾਈ ਤਾਂ ਉਹਨਾਂ ਦੀ ਚਾਹੀਦੀ ਆ ਜੀ। ਕੀ ਲੱਗਦੀ ਸਰਕਾਰ ਦੀ ਮੰਸ਼ਾ, ਕੀ ਲੱਗਦੀ ਬਾਕੀ ਲੋਕਾਂ ਨੂੰ ਰਿਹਾ ਕਰ ਦਿੱਤਾ ਜੀ? ਉਹਨਾਂ ਦੇ ਵੀ ਹੁਣ ਕਹਿ ਦਈਏ ਬੱਸੇ ਹੀ, ਉਹਨਾਂ ਦੀ ਵੀ ਹੁਣ ਕਹਿ ਦਈਏ ਇੱਕ ਤਰਫ ਦੀ ਕਰਨੀ ਚਾਹੀਦੀ ਉਹਨਾਂ ਨੂੰ, ਉਹਨਾਂ ਦੀ ਵੀ ਹੁਣ ਜਿੱਦਾਂ ਕਹਿ ਦਈਏ ਸਾਰੀ ਤਾਂ ਬਸ ਮਤਲਬ ਸਜ਼ਾ ਪੂਰੀ ਹੋਈ ਉਹ ਕਰਕੇ ਵੀ ਉੱਪਰ ਚੱਲ ਰਹੇ ਆ, ਹੁਣ ਜਿੱਦਾਂ ਜਿਹੜੇ ਛੋਟੇ ਮੋਟੇ ਹੁਣ ਬੰਦੇ ਹੈਗੇ ਆ ਉਹ ਸਾਰੇ ਛੱਡੀ ਜਾਂਦੇ ਆ, ਜਿਨ੍ਹਾਂ ਦਾ ਕੋਈ ਕੰਮ ਹੀ ਨਹੀਂ ਬਾਹਰ, ਜਿਨ੍ਹਾਂ ਨੇ ਆਪਾਂ ਹੁਣ ਕੰਮ ਕੀਤੇ ਹੋਏ ਇੱਦਾਂ ਦੇ, ਇਹਨਾਂ ਨੇ ਤਾਂ ਚਲੋ ਫਿਰ ਵੀ ਆਪਣੀ ਕੌਮ ਲਈ ਕੁਛ ਕੀਤਾ ਵੀ, ਇਹ ਤਾਂ ਵੀ ਅੰਦਰ ਵਾਲੇ ਤੱਕ ਜੇ ਕੌਮ ਦੇ ਸਾਡੇ ਹੀਰੇ ਅੰਦਰ ਚੱਲ ਗਿਆ ਤਾਂ ਫਿਰ ਸਾਡੀ ਤਾਂ ਬਸ ਆ ਬਾਹਰ। ਸਰਕਾਰ ਨੂੰ ਅਪੀਲ ਇਹੀ ਹੈ ਜੀ ਕਿ ਸਾਨੂੰ ਸਾਡੇ ਕੌਮ ਦੇ ਹੀਰੇ ਬਾਹਰੇ ਚਾਹੀਦੇ ਆ। ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਹਾਂਜੀ, ਫਾਰਮ ਭਰਨਾ ਜੀ, ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਅਤੇ ਰਿਹਾਅ ਹੋਣ ਚਾਹੀਦੇ ਆ। ਠੀਕ ਹੈ ਜੀ।
रिहा होना चाहिए भी ये बहुत सरकार की माड़ी मंशा जरा बत्ती बत्ती साल हो गए सिंह जरा रिहाई नहीं करते पे जरूर करनी चाहिए रिहाई गवर्नमेंट ये अपील करते हैं जी बंदी सिंह जल्दी जल्दी रिहा करो इन्हें सुनी जाए ये भी अपने परिवारों तो बहुत लंबा समा दूर रहे हैं जी बत्ती बत्ती साल 27 साल हो गया जी बैठे अंदर तो सरकार की बहुत माड़ी मंशा जो नहीं करते फिर अभी अगली कार्रवाई करा अपनी करते दो मिनट ਅਰਦਾਸ ਛੋਟ ਲੈ ਤਾਂ ਕੋਈ ਰਕੇਸ਼ ਭਾਈ ਗੱਲਾਂ ਦੇ ਰਕੇਸ਼ ਭਾਈ ਚਲ ਗਏ ਸਟਾਰਟਿੰਗ ਜਿਹੜੀ ਹੈ ਨਾ ਉਹ ਕੁਛ ਹੈਗਾ ਆਪਣੇ ਟਾਈਮ ਦੇ ਰਿਕਾਰਡ ਸਿਖਾ ਕੇ ਜੋ ਗੁਰ ਚਰਨੀ